ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰਪੁਰਾ ਨਮਸਕਾਰੇ ਪ੍ਰਭ ਸਭੇ ਕਾਜ ਸਵਾਰੇ ਹਰ ਆਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ਆਪਣੇ ਦਾਸ ਕੋ ਭਇਓ ਸੁਹਾਈ ਸਗਲ ਮਨੋਰਥ ਕਿਨੇ ਕਰਤਾ ਊਣੀ ਬਾਤ ਨਾ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇਆ ਪਿੱਛੇ ਲੱਗ ਚੱਲੀ ਮਾਇਆ ਤੋਟ ਨਾ ਕਤ ਹੂ ਆਵੇ ਮੇਰੇ ਪੂਰੇ ਸਤਿਗੁਰ ਪਾਵੇ ਸਿਮਰ ਸਿਮਰ ਦਇਆਲਾ ਸਭ ਜੀ ਭਏ ਕਿਰਪਾਲਾ ਜੈ ਜੈਕਾਰ ਗੁਸਾਈ ਜਿਨ ਪੂਰੀ ਬਣਤ ਬਣਾਈ ਤੂੰ ਭਾਰੋ ਸੁਆਮੀ ਮੋਰਾ ਇਹੋ ਪੁੰਨ ਪਦਾਰਥ ਤੇਰਾ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਜਨ ਨਾਨਕ ਏਕ ਧਿਆਇਆ ਸਰਬ ਫਲਾ ਪੁੰਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ ਤੁਧੇ ਅੱਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਿਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੁ ਨਾਨਕ ਜਿਨ ਕਲ ਰਾਖੀ ਮੇਰੇ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਬਲਿਹਾਰੀ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਬਲਿਹਾਰੀ
ਗਿਆਨ ਧਿਆਨ ਕਿਛ ਕਰਮ ਨ ਜਾਣਾ ਸਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਧੁੰਦ ਮਿਟ ਗਈ ਸੰਸਾਰ ਵਿੱਚੋਂ ਸਾਰੇ ਸਤਿਗੁਰ ਨਾਨਕ ਪ੍ਰਗਟਿਆ
ਸਤਿਕਾਰ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਤਨੇ ਆਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਹੋ ਵੱਡੇ ਭਾਗਾਂ ਵਾਲਿਓ। ਗੁਰੂ ਪਾਤਸ਼ਾਹ ਜੀਆਂ ਨੇ ਕਿਰਪਾ ਕੀਤੀ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ, ਮਹਾਂਬਾਕਾਂ ਦੇ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਮਹਾਰਾਜ ਜੀਆਂ ਦੇ ਅਵਤਾਰ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹਾਂ। ਕਈ ਰੋਜ਼ ਤੋਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ ਦੇ ਪ੍ਰਵਾਹ, 21 ਦਿਨਾਂ ਦੀ ਜੋ ਸ੍ਰੀ ਸੁਖਮਨੀ ਸਾਹਿਬ ਲੜੀ ਪ੍ਰਾਰੰਭ ਸੀ, ਅਤੇ ਪਰਸੋਂ ਤੋਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ, ਸ੍ਰੀ ਅਖੰਡ ਪਾਠ ਪ੍ਰਾਰੰਭ ਸਨ, ਜਿਨ੍ਹਾਂ ਦੀ ਹੁਣੇ ਹੀ ਸਮਾਪਤੀ ਸੰਪੂਰਨਤਾ ਹੋਈ। ਆਪ ਜੀਆਂ ਨੇ ਗੁਰਾਂ ਦੀ ਬਾਣੀ ਸਰਵਣ ਕਰਕੇ ਆਪਣੇ ਸਮੇਂ ਸਵਾਸਾਂ ਨੂੰ ਸਫਲਾ ਬਣਾਇਆ ਅਤੇ ਆਪਣੀਆਂ ਮਨੋਬਿਰਤੀਆਂ ਇਕਾਗਰ ਕਰਕੇ ਗੁਰੂ ਚਰਨਾਂ ਦਾ ਧਿਆਨ ਧਰਦੇ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਵਿੱਚ ਪਾਤਸ਼ਾਹ ਜੀ ਪ੍ਰਮਾਣ ਕਰਦੇ ਹੈ, ਸੁਣੀ ਅਰਦਾਸ ਸਵਾਮੀ ਮੇਰਾ ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਯੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਮਾਨੋ ਕਿ ਪਰਮੇਸ਼ਰ ਵਾਹਿਗੁਰੂ ਨੇ ਕਹਿੰਦੇ ਸਾਰੇ ਜੀਵਾਂ ਦੀ ਧਰਮ ਆਦਿਕ ਦੀ ਪੁਕਾਰ ਸੁਣੀ, ਅਕਾਲ ਪੁਰਖ ਨਿਰੰਕਾਰ ਆਕਾਰ ਦੇ ਰੂਪ ਦੇ ਵਿੱਚ ਸੰਸਾਰ 'ਤੇ ਆਇਆ। ਸੰਸਾਰ 'ਤੇ ਆ ਕੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਮਾਨੋ ਕਿ ਸਭ ਨੂੰ ਗਿਆਨ ਬਖਸ਼ ਕੀਤਾ, ਜਿਵੇਂ ਸੂਰਜ ਚੜ੍ਹਦਾ ਹੈ ਨਾ, ਸੂਰਜ ਚੜ੍ਹਨ ਦੇ ਨਾਲ ਜਿਹੜੀ ਧੁੰਦ ਹਨੇਰਾ ਆਦਿਕ ਹੁੰਦਾ ਹੈ ਉਹ ਸਾਰਾ ਹੀ ਲੋਪ ਹੋ ਜਾਂਦਾ। ਇਸੇ ਤਰ੍ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸੰਸਾਰ ਦੇ ਆਉਣ ਦੇ ਨਾਲ ਜਿਹੜਾ ਸੰਸਾਰ ਉੱਤੇ ਮਾਨੋ ਕਿ ਵਹਿਮਾਂ ਭਰਮਾਂ ਦਾ, ਬ੍ਰਹਮ ਜਾਲ ਆਦਿਕ ਦਾ ਜੋ ਵੀ ਧੁੰਦ ਵਾਪਰੀ ਹੋਈ ਸੀ, ਜਿਨ੍ਹਾਂ ਨੇ ਗੁਰਾਂ ਦੀ ਬਾਣੀ ਸੁਣੀ, ਗੁਰਾਂ ਦੇ ਬਾਣੀ ਨਾਲ ਸੁਣ ਕੇ ਆਪਣੇ ਮਨ ਨੂੰ ਜੋੜਨਾ ਕੀਤਾ, ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਮਨਾਂ ਦੇ ਵਿੱਚੋਂ ਆਏ ਭਰਮ ਵਹਿਮ ਦੂਰ ਹੋ ਗਏ, ਜਿਵੇਂ ਸੂਰਜ ਚੜ੍ਹਦਾ ਹੈ, ਗਿਆਨ ਹੋ ਗਿਆ, ਸੋਝੀ ਹੋ ਗਈ, ਤਾਰੇ ਛਪੇ ਅੰਧੇਰ ਪਲੋਆ। ਜਿਹੜੇ ਤਾਰੇ ਸੀ ਮਾਨੋ ਦੁਨੀਆਂ ਦੇ ਵਿੱਚ ਆਪਣੇ ਹੀ ਸਿੱਕਾ ਚਲਾਉਣ ਵਾਲੇ, ਕੋਈ ਮਾੜੀ ਮੋਟੀ ਕਰਾਮਾਤ ਮਿਲੀ ਉਹਦੇ ਨਾਲ ਆਪਣਾ ਕੰਮ ਚਲਾਉਣ ਵਾਲੇ, ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸਾਰੇ ਆਏ ਲੋਪ ਹੋ ਗਏ, ਜਿਵੇਂ ਸੂਰਜ ਚੜ੍ਹਨ ਦੇ ਨਾਲ ਤਾਰਿਆਂ ਦੀ ਲੋ ਖਤਮ ਤਾਂ ਕੀ ਦਿਖਦੀ ਵੀ ਨਹੀਂ ਗੀ ਵੀ ਕਿੱਥੇ ਸੀਗੇ ਤਾਰੇ। ਇਸ ਕਰਕੇ ਗੁਰੂ ਪਾਤਸ਼ਾਹ ਦਾ ਬਚਨ ਹੈ ਬਾਣੀ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਸੰਸਾਰ ਦੇ ਵਿੱਚ ਆ ਕਰਕੇ ਨਾਮ ਨੂੰ ਹੀ
ਮੰਨੋ ਕਿ ਸਾਰੇ ਸਾਧਨਾਂ ਦਾ ਸ਼੍ਰੋਮਣੀ ਸਾਧਨ ਬਣਾਇਆ ਵੀ ਭਾਈ ਇਹ ਕਲਯੁਗ ਦੇ ਵਿੱਚ ਜੇ ਕੋਈ ਸੁੱਖਾਂ ਦੀ ਚੀਜ਼ ਹੈ ਤਾਂ ਇੱਕੋ ਇੱਕ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਹੈ। ਜਿਵੇਂ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਪ੍ਰਮਾਣ ਕਰਦੇ ਕਹਿੰਦੇ ਨਾਨਕ ਲਿਖ ਇਹ ਗੱਲ ਹੋਰ ਹੋਮੇ ਚੱਖਣਾ ਝਾਖ ਵੀ ਇੱਕ ਪਰਮੇਸ਼ੁਰ ਦੀ ਨਾਮ ਜਪਣ ਵਾਲੀ ਭਗਤੀ ਕਰਨ ਵਾਲੀ ਇਹ ਗੱਲ ਲੇਖੇ ਵਿੱਚ ਹੈ, ਬਾਕੀ ਹੋਰ ਜਿਹੜੇ ਕਰਮ ਕਾਂਡ ਨੇ ਉਹ ਸਾਰੀਆਂ ਝੱਖਾਂ ਇਵੇਂ ਕੋਈ ਉਹਨਾਂ ਦਾ ਅਸਰ ਨਹੀਂ ਹੈ। ਇਸ ਕਰਕੇ ਭਾਈ ਸਾਹਿਬ ਜੀ ਪ੍ਰਮਾਣ ਕਰਦੇ ਹੈ ਤਾਰੇ ਛਪੇ ਅੰਧੇਰ ਭਲੋਆ ਸਿੰਘ ਮੁੱਕੇ ਮਿਰਗਾਵਲੀ ਤਰਪੰਨੀ ਜਾਏ ਨਾ ਧੀਰ ਧਰੋਆ। ਜਿਵੇਂ ਕਹਿੰਦੇ ਜੰਗਲਾਂ ਦੇ ਵਿੱਚ ਜਿਸ ਵੇਲੇ ਜਿਹੜਾ ਸ਼ੇਰ ਭਵਕ ਮਾਰਦਾ ਨਾ ਬੋਲਦਾ ਉਸ ਵੇਲੇ ਜਿਹੜੇ ਕਹਿੰਦੇ ਮਿਰਗ ਆਦਿਕ ਹੋਰ ਪੰਛੀ ਜਾਨਵਰ ਨੇ ਉਹਨਾਂ ਨੂੰ ਭੱਜੀਆਂ ਥਿਆਉਂਦਿਆਂ ਨੂੰ ਕਿਤੇ ਵੀ ਕੋਈ ਢੋਈ ਨਹੀਂ ਮਿਲਦੀ ਵੀ ਕਿੱਥੇ ਠਹਿਰੀ ਕਿੱਥੇ ਲੁਕੀ ਆਪਾਂ। ਇਸੇ ਤਰ੍ਹਾਂ ਸੰਸਾਰ 'ਤੇ ਬਹੁਤ ਐਸੇ ਲੋਕ ਸੀਗੇ ਜਿਹੜੇ ਸੰਸਾਰ ਨੂੰ ਮੰਨੋ ਕਿ ਠੱਗਣ ਵਾਲੇ, ਜਿੱਥੇ ਗੁਰੂ ਪਾਤਸ਼ਾਹ ਜਾਂਦੇ ਫਿਰ ਉਹਨੂੰ ਸਮਝਾਉਂਦੇ ਭਾਈ ਇਹ ਤੁਹਾਡੇ ਕੰਮ ਨਹੀਂ ਹੈ, ਜੋ ਸੱਜਣ ਠੱਗ ਵਰਗੇ ਹੋਏ ਨਾਮ ਸੱਜਣ ਰੱਖਿਆ ਹੋਇਆ ਸੀਗਾ ਪਰ ਅੰਦਰੋਂ ਛੁਰੀ ਫੜੀ ਸੀਗੀ, ਬਾਹਰ ਦਿਸਾ ਚਾਨਣਾ ਦਿਲ ਅੰਧਿਆਰੀ ਰਾਤ, ਬਾਹਰੋਂ ਦਿੰਦਾ ਵੀ ਇੱਕ ਰੱਬ ਦਾ ਪਿਆਰ ਹੈ ਪਰ ਅੰਦਰ ਕਹਿੰਦੇ ਨਹੀਂ ਸੀਗਾ। ਇਸ ਕਰਕੇ ਭਾਈ ਸਾਹਿਬ ਜੀ ਪ੍ਰਮਾਣ ਕਰ ਰਹੇ ਨੇ ਜਦੋਂ ਸ਼ੇਰ ਜੰਗਲਾਂ ਦੇ ਵਿੱਚ ਬੁਕੀਆਂ ਮਿਰਗਾਂ ਨੂੰ ਪਈਆਂ ਭਾਜੜਾਂ ਸ਼ੇਰ ਜੰਗਲਾਂ ਦੇ ਵਿੱਚ ਬੁਕੀਆਂ ਮਿਰਗਾਂ ਨੂੰ ਪਈਆਂ ਭਾਜੜਾਂ ਸੋ
ਕਰਕੇ ਭਾਈ ਸਾਹਿਬ ਜੀ ਪ੍ਰਮਾਣ ਕਰਦੇ ਹੈ ਵੀ ਜਿਵੇਂ ਕਿ ਇਹਦੇ ਸ਼ੇਰ ਵਿੱਚ ਜਦੋਂ ਸ਼ੇਰ ਗੱਜਦਾ ਜੰਗਲ ਵਿੱਚ ਉਸ ਵੇਲੇ ਜਿਹੜੇ ਕਹਿੰਦੇ ਮਿਰਗ ਆਦਿਕ ਹੋਰ ਕਹਿੰਦੇ ਪੰਛੀ ਜਾਨਵਰ ਨੇ ਸਾਰਿਆਂ ਨੂੰ ਹੀ ਅੰਨੀ ਜਾਏ ਨਾ ਧੀਰ ਤਰਵਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਸਾਪਨ ਸੋਆ ਜਿੱਥੇ ਵੀ ਬਾਬਾ ਜੀ ਆਪਣੇ ਕਹਿੰਦੇ ਮੁਬਾਰਕ ਪ੍ਰਚਰਨ ਧਰਦੇ ਆ ਨਾ ਜਿੱਥੇ ਵੀ ਜਾਂਦੇ ਆ ਸੰਸਾਰ ਵਿੱਚ ਉੱਥੇ ਕਹਿੰਦੇ ਇੱਕ ਪਰਮੇਸ਼ਰ ਵਾਹਿਗੁਰੂ ਦੇ ਨਾਮ ਜਪਣ ਦਾ ਮਾਨੋ ਕਿ ਆਸਣ ਜਾਂ ਕਹਿ ਦਿਓ ਕੋਈ ਧਰਮਸਾਲ ਜਾਂ ਸੰਗਤ ਕਾਇਮ ਕਰ ਦਿੱਤੀ ਭਾਈ ਸੋਹਣ ਇੱਥੇ ਬਹਿ ਕੇ ਇਕੱਤਰ ਹੋ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਨਾਮ ਤੋਂ ਬਿਨਾਂ ਹੋਰ ਕੋਈ ਆਪਣਾ ਸਹਾਰਾ ਨਹੀਂ ਹੈ ਕਿਉਂਕਿ ਇੱਕ ਜਿਹੜਾ ਨਾਮ ਹੈ ਸਾਰੀ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਆਪਾਂ ਨੂੰ ਇੱਕ ਨਾਮ ਹੀ ਜਪਣਾ ਸਿਖਾਉਂਦੀ ਹੈ ਭਾਈ ਹੋਰ ਜਿਹੜੇ ਕਰਮ ਨੇ ਉਹਨਾਂ ਤੋਂ ਉਪਰਾਮ ਹੋਵੋ ਅਤੇ ਇੱਕ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਪ੍ਰਮਾਣ ਕਰਦੇ ਨੇ ਕਹਿੰਦੇ ਸਿਮਰਤ ਵੇਦ ਪੁਰਾਣ ਪੁਖਾਰਨ ਪੋਥੀਆਂ ਨਾ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ ਵੀ ਇੱਕ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਬਾਕੀ ਜਿਹੜਾ ਹੋਰ ਮਾਨੋ ਕਰਮ ਕਾਂਡ ਹੈ ਉਹ ਤਾਂ ਜਿਵੇਂ ਗੱਲਾਂ ਥੋਥੀਆਂ ਵਿੱਚ ਕੋਈ ਚੀਜ਼ ਨਹੀਂ ਕੋਈ ਆਪਾਂ ਨੂੰ ਸੁੱਖ ਨਹੀਂ ਹੈ ਜਿੰਨਾ ਮਰਜ਼ੀ ਕਰ ਲਓ ਜਿਵੇਂ ਪਾਣੀ 'ਚ ਮਧਾਣੀ ਹੁੰਦੀ ਹੈ ਉਹਦੇ ਵਿੱਚ ਮੱਖਣ ਦਾ ਪ੍ਰਾਪਤ ਹੋਣਾ ਨਹੀਂ ਗਾ ਜਿੰਨਾ ਮਰਜ਼ੀ ਦੇਖੀ ਜਾਓ ਜਿੰਨਾ ਮਰਜ਼ੀ ਜ਼ੋਰ ਲਾ ਲਓ ਇਸੇ ਤਰ੍ਹਾਂ ਜਿਹੜੇ ਹੋਰ ਕਰਮ ਕਾਂਡ ਨੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਵਿੱਚ ਆਪਾਂ ਨੂੰ ਆਤਮਿਕ ਸੁੱਖ ਨਹੀਂ ਮਿਲ ਸਕਦਾ ਜਿਹੜਾ ਆਤਮਿਕ ਆਨੰਦ ਹੈ ਨਾ ਜਿਹੜਾ ਬਾਣੀ ਵਿੱਚ ਮਿਲਣਾ ਪੜ੍ਹ ਕੇ ਸੁਣ ਕੇ ਦੇਖੋ ਕਿੰਨਾ ਆਨੰਦ ਹੈ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਆਨੰਦ ਨਾ ਸਾਰੀ ਦੁਨੀਆਂ ਕਰਦੀ ਫਿਰਦੀ ਸੀ ਪਰ ਜਿਸ ਵੇਲੇ ਗੁਰੂ ਪਾਤਸ਼ਾਹ ਜੀ ਨੇ ਲੋਕਾਂ ਨੂੰ ਗਿਆਨ ਦਾ ਦੀਵਾ ਬਖਸ਼ਿਸ਼ ਕੀਤਾ ਨਹੀਂ ਭਾਈ ਇਹਦੇ ਵਿੱਚ ਕੋਈ ਆਨੰਦ ਨਹੀਂ ਹੈ ਆਨੰਦ ਇੱਕ ਪਰਮੇਸ਼ੁਰ ਦੇ ਨਾਮ ਦੇ ਵਿੱਚ ਹੈ ਸੁੱਖ ਇੱਕ ਪਰਮੇਸ਼ੁਰ ਦੇ ਨਾਮ ਦੇ ਵਿੱਚ ਹੈ ਇਸੇ ਕਰਕੇ ਗੁਰੂ ਮਹਾਰਾਜ ਸਮਝਾਉਂਦੇ ਕਹਿੰਦੇ ਭਾਈ ਕਹਿੰਦੇ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਵਾ ਸਿੱਧ ਆਸਨ ਸਭ ਜਗਤ ਕੇ ਨਾਨਕ ਆਦਮਤੇ ਜੇ ਕੋਆ ਜਿੰਨੇ ਵੀ ਕਹਿੰਦੇ ਸਿੱਧਾਂ ਦੇ ਜਿਹੜੇ ਆਪਣੇ ਆਪ ਨੂੰ ਜਤੀ ਕਹਾਉਂਦੇ ਬੜੇ ਸਿੱਧ ਕਹਾਉਂਦੇ ਵੀ ਸਾਡੇ ਕੋਲ ਬੜੀਆਂ ਬਰਕਤਾਂ ਨੇ ਰੱਬ ਸਾਡੀ ਮੁੱਠੀ ਵਿੱਚ ਹੈ ਉਹ ਸਮਝਦੇ ਸੀ ਨਾ ਉਹ ਜਿਹੜੇ ਆਸਣ ਜਿਹੜੇ ਉਹਨਾਂ ਦੇ ਪੂਜਾ ਦੇ ਥਾਂ ਤੇ ਗੁਰੂ ਮਹਾਰਾਜ ਕਿਰਪਾ ਕੀਤੀ ਸਾਰੇ ਜਿੱਤਲੇ ਸੀਗੇ ਸਾਰੇ ਕਿਹਦੀ ਨਾਮ ਦੀ ਬਰਕਤ ਕਰਕੇ ਭਾਈ ਸਾਹਿਬ ਜੀ ਪ੍ਰਮਾਣ ਕਰਦੇ ਕਹਿੰਦੇ ਸਾਰੇ ਆਸਣ ਗੁਰੂ ਨਾਨਕ ਦੇ ਨਾਮ ਤੇ ਹੋ ਗਏ ਜਿੱਥੇ ਵੀ ਗਏ ਨੇ ਮਹਾਰਾਜ ਜਿੱਥੇ ਰੀਠਾ ਨਾ ਉੱਥੇ ਵੀ ਸਿੱਧ ਬੈਠੇ ਸੀਗੇ ਜਿੱਥੇ ਨਾਨਕ ਮਤਾ ਹੈ ਉੱਥੇ ਵੀ ਸਿੱਧ ਬੈਠੇ ਸੀਗੇ ਪਹਿਲਾਂ ਉਹ ਗੋਰਖ ਮਤਾ ਸੀਗਾ ਗੋਰਖ ਮਤਾ ਸੀ ਉੱਥੇ ਚਰਚਾ ਹੋਈ ਵਿਚਾਰਾਂ ਹੋਈਆਂ ਜਦੋਂ ਕਿ ਉੱਤਰ ਸਵਾਲ ਨਾ ਆਇਆ ਇਸ ਕਰਕੇ ਭਾਈ ਸਾਹਿਬ ਜੀ ਪ੍ਰਮਾਣ ਕਰਦੇ ਨੇ
ਆਸਣ ਜਿੱਤ ਲਈ ਸਿੱਧਾਂ ਦੇ ਸਾਰੇ ਧੰਨ ਗੁਰੂ ਨਾਨਕ ਨੇ ਜਿੱਤ ਲਈ ਸਿੱਧਾਂ ਦੇ Thank you.
ਇਸ ਕਰਕੇ ਗੁਰੂ ਮਹਾਰਾਜ ਨੇ ਕਹਿੰਦੇ ਜਿਸ ਵੇਲੇ ਜਿਹੜਾ ਇਹ ਨਾਨਕ ਮਤਾ ਇਹ ਗੋਰਖ ਮਤਾ ਸੀਗਾ। ਬੜੀ ਚਰਚਾ ਉੱਥੇ ਹੋਈ। ਉਹ ਕਹਿਣ ਲੱਗੇ ਜੀ ਇਹ ਸਾਡਾ ਇਹ ਧਰਤੀ ਸਾਡੀ ਹੈ, ਇਹ ਗੋਰਖ ਮਤ ਹੈ। ਪਾਤਸ਼ਾਹ ਜੀ ਕਹਿੰਦੇ ਸਾਡੀ ਹੈ। ਇੰਦਰਨਾ ਕਿਵੇਂ ਹੋਵੇ ਕਿ ਧਰਤੀ ਪੁੱਛ ਲੈਂਦੇ ਆਪਾਂ। ਜਦੋਂ ਸਾਰੀ ਲਾਭਵਾਰਤਾ ਹੋਈ ਉਦੋਂ ਉਪਰੰਤ ਕਿ ਧਰਤੀ ਨੂੰ ਪੁੱਛਦੇ ਆਪਾਂ। ਜਿਹੜੇ ਸਿੱਧ ਦੇ ਕਹਿੰਦੇ ਬੜੇ ਚਲਾਕ ਸੀਗੇ, ਉਹਨਾਂ ਨੇ ਕਿਹਾ ਟੋਆ ਪੱਟ ਕੇ ਨਾ ਇੱਕ ਕਹਿੰਦੇ ਉੱਥੇ ਛੋਟਾ ਜਿਹਾ ਬੱਚਾ ਬਿਠਾ ਦਿੱਤਾ, ਥੋੜ੍ਹੀ ਉੱਤੇ ਛੱਤ ਜੀ ਪਾ ਦਿੱਤੀ। ਕਹਿੰਦੇ ਪੁੱਛਾਂਗੇ ਉਹਨੂੰ ਸਿਖਾ ਦਿੱਤਾ, ਜਦ ਪੁੱਛਾਂਗੇ ਤੈਨੂੰ ਵੀ ਤੂੰ ਨਾਨਕ ਮਤ ਹੈ ਗੋਰਖ ਮਤ ਹੈ, ਤੂੰ ਕਹਿੰਦੀ ਮੈਂ ਨਾਨਕ ਮਤਾਂ ਨਹੀਂ ਮੈਂ ਗੋਰਖ ਮਤਾਂ। ਇਸ ਤਰ੍ਹਾਂ ਹੋਇਆ ਜਦੋਂ ਕਿ ਟੋਆ ਪੱਟ ਕੇ ਛੋਟਾ ਜਿਹਾ 12-13 ਸਾਲ ਦਾ ਬੱਚਾ ਬਿਠਾਇਆ। ਜਦੋਂ ਤੜਕੇ ਇਕੱਠੇ ਹੋਏ ਕਹਿਣ ਲੱਗੇ ਦੱਸ ਪੁੱਛੋ ਜੀ, ਪੱਛ ਕੇ ਪਹਿਲਾਂ ਤੁਸੀਂ ਪੁੱਛੋ। ਸਿੱਧ ਕਹਿਣ ਲੱਗੇ ਕਹਿੰਦੇ ਦੱਸ ਧਰਤੀ ਵੀ ਤੂੰ ਨਾਨਕ ਮਤ ਹੈ ਗੋਰਖ ਮਤਾ। ਹੁਣ ਉਹ ਸਿਖਾਇਆ ਹੋਇਆ ਸੀਗਾ, ਸਿਖਾਇਆ ਹੋਇਆ ਸੀਗਾ ਉਹ ਕਹਿਣ ਲੱਗਾ ਨਹੀਂ ਮੈਂ ਨਾਨਕ ਮਤਾ ਨਹੀਂ ਮੈਂ ਗੋਰਖ ਮਤਾ। ਕਹਿੰਦੇ ਪਾਤਸ਼ਾਹ ਨੇ ਆਪਣੀ ਖੜਾਮ ਰੱਖ ਦੀ, ਕਹਿੰਦੇ ਅਜੀਤ ਬੋਲਦਾ, ਕਹਿੰਦੇ ਅਜੀਤ ਬੋਲਦਾ ਤੂੰ। ਫਿਰ ਕਹਿੰਦੇ ਫਿਰ ਪੁੱਛੋ, ਕਹਿੰਦੇ ਫਿਰ ਪੁੱਛਿਆ, ਫਿਰ ਕਿੱਥੇ ਬੋਲਣਾ ਸੀ ਉਹਨੇ, ਫਿਰ ਨਹੀਂ ਉਸ ਵੇਲੇ। ਕਹਿੰਦੇ ਫਿਰ ਸਿੱਧਾ ਨੇ ਕਿਹਾ ਤੁਸੀਂ ਪੁੱਛੋ ਧਰਤੀ ਨੂੰ ਜੀ। ਕਹਿੰਦੇ ਗੁਰੂ ਪਾਤਸ਼ਾਹ ਨੇ ਇੱਕ ਵਾਰੀ ਪੁੱਛੇ, ਕਹਿੰਦੇ ਧਰਤੀ ਤੂੰ ਗੋਰਖ ਮਤਾ ਕਿ ਨਾਨਕ ਮਤਾ। ਉਹ ਕਹਿਣ ਲੱਗੇ ਕਹਿੰਦੇ ਮਾਨੋ ਕਿ ਆਕਾਸ਼ ਗੂੰਜ ਗਿਆ ਸੀਗਾ, ਧਰਤੀ ਸਾਰੀ ਗੂੰਜ ਗਈ, ਬਣ ਗੂੰਜ ਗਏ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ। ਉੱਥੇ ਫਿਰ ਹੁਣ ਉਹ ਜਿਹੜੀ ਧਰਤੀ ਹੈ ਜਿਹੜਾ ਹੁਣ ਉਹ ਮਨ ਸਥਾਨ ਹੈ ਉਹ ਗੁਰੂ ਨਾਨਕ ਦੇ ਨਾਮ 'ਤੇ ਹੈ, ਨਾਨਕ ਮਤਾ। ਹੁਣ ਉਹ ਭਾਈ ਸਾਹਿਬ ਜੀ ਕਹਿੰਦੇ ਸਿੱਧਣ ਕਿ ਜੇਤੇ ਮਾਂ ਸਤਿਗੁਰੂ ਪਾਤਸ਼ਾਹ ਪ੍ਰਮਾਣ ਭਾਈ ਸਾਹਿਬ ਜੀ ਪ੍ਰਮਾਣ ਕਰਦੇ ਹੈ ਵੀ ਗੁਰੂ ਮਹਾਰਾਜ ਨੇ ਪਰਮੇਸ਼ਰ ਦੇ ਨਾਮ ਦੇ ਨਾਲ ਤਖਤ ਕਹਿੰਦੇ ਸਿੱਧਣ ਅਸਲ ਸਭ ਜਗਤ ਨਾਨਕ ਆਤਮਾ ਤੇ ਜੇ ਕੋਆ ਘਰ ਘਰ ਧਰਮ ਸਾਲ ਹੋਵੇ ਕੀਰਤਨ ਸਦਾ ਵੀ ਸੋਆ। ਗੁਰੂ ਪਾਤਸ਼ਾਹ ਨੇ ਮੰਨੋ ਕਿ ਨਗਰ ਨਗਰ ਦੇ ਵਿੱਚ ਚਰਨ ਪਾਉਣਾ ਕੀਤੇ, ਕਿਉਂਕਿ ਜਿਹੜੇ ਸਾਧੂ ਮਹਾਤਮਾ ਅਵਤਾਰ ਹੁੰਦੇ ਨੇ ਇਹ ਜੰਗਮ ਤੀਰਥ ਹੁੰਦੇ, ਜੰਗਮ ਤੀਰਥ ਤੀਰਥਾਂ ਕੋਲ ਆਪਾਂ ਨੂੰ ਜਾਣਾ ਪੈਂਦਾ, ਤੁਰ ਕੇ ਜਾਣਾ ਪੈਂਦਾ, ਪਰ ਜਿਹੜੇ ਸਾਧੂ ਨੇ ਇਹ ਤੁਰ ਫਿਰ ਕੇ ਦੁਨੀਆਂ ਦਾ ਭਲਾ ਜੀਵਾਂ ਦਾ ਭਲਾ ਕਰਦੇ ਹੈ। ਗੁਰੂ ਮਹਾਰਾਜ ਨੇ ਸੰਸਾਰ ਦੇ ਵਿੱਚ ਨਗਰ ਨਗਰ ਵਿੱਚ ਘਰ ਘਰ ਵਿੱਚ ਜਾ ਕੇ ਇੱਕ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ, ਅੱਜ ਦੇਖ ਲਓ ਪਰ ਸਾਰੀ ਦੁਨੀਆਂ ਦੇ ਵਿੱਚ ਕਿਹੜਾ ਨਗਰ ਹੋਊਗਾ ਜਿੱਥੇ ਕੀਰਤਨ ਨਾ ਹੁੰਦਾ ਹੋਵੇ, ਜਿੱਥੇ ਕੋਈ ਨਗਰ ਕੀਰਤਨ ਨਿਕਲਦਾ ਹੋਵੇ। ਐਸੀ ਕਿਰਪਾ ਕੀਤੀ ਕਹਿੰਦੇ ਗੁਰੂ ਮਹਾਰਾਜੀਆਂ ਨੇ ਆ ਜਿਹੜੀ ਨਾਮ ਦੀ ਸੰਗਤ ਦੀ ਲਹਿਰ, ਐਸਾ ਤਖ਼ਤ ਰਚਾਇਆ ਮਹਾਰਾਜ ਨੇ, ਸੱਚੇ ਤਖ਼ਤ ਰਚਾਇਆ
ਸਤਸੰਗਤ ਮੇਲਾ। ਸੱਚੇ ਨੇ ਗੁਰੂ ਮਹਾਰਾਜ ਨੇ ਜਿਹੜਾ ਸਾ ਭਾਵ ਕਿ ਸਾਧ ਸੰਗਤ ਦਾ ਮੇਲਾ ਇਕੱਠਾ ਹੋਣਾ, ਇਹ ਗੁਰੂ ਮਹਾਰਾਜ ਨੇ ਰਚਨ ਰਚਾਇਆ ਦਾ। ਇਸ ਕਰਕੇ ਹੁਣ ਸਾਰੇ ਕਿਤੇ ਗੁਰੂ ਮਹਾਰਾਜ ਦਾ ਮਾਨੋ ਕਿ ਉਹਨਾਂ ਦੀ ਜੈ ਜੈਕਾਰ ਹੋ ਰਹੀ ਹੈ। ਇਸ ਕਰਕੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਨੇ ਹੋ ਰਹੀ ਹੈ ਬਾਬਾ ਤੇਰੀ ਜੈ ਜੈਕਾਰ, ਕਿ ਗੁਰੂ ਮਹਾਰਾਜ ਦੀ ਸਾਰੇ ਨਗਰ ਨਗਰ ਦੇ ਵਿੱਚ ਮੰਨੋ ਕਿ ਘਰ ਘਰ ਵਿੱਚ
ਗੁਰੂ ਦੇ ਗੁਣ ਗਾਏ ਜਾ ਰਹੇ ਹੈ। ਭਾਈ ਸਾਹਿਬ ਜੀ ਪ੍ਰਮਾਣ ਕਰਦੇ ਕਹਿੰਦੇ ਘਰ ਘਰ ਧਰਮਸਾਲ ਹੋਵੇ ਕੀਰਤਨ ਸਦਾ ਵੀ ਸੋਹਾ, ਬਾਬੇ ਚਾਰੇ ਚਾਰ ਤੱਕ ਨੌ ਖੰਡ ਪ੍ਰਥਮੀ ਸੱਚਾ ਢੋਆ। ਮੰਨੋ ਕਿ ਸੱਚੇ ਪਰਮੇਸ਼ਰ ਦੇ ਨਾਮ ਦੇ ਆਸਰੇ, ਪਰਮੇਸ਼ਰ ਦੇ ਨਾਮ ਦੀ ਤਾਕਤ ਦੇ ਨਾਲ ਨੌ ਖੰਡ ਪ੍ਰਥਮੀ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਦੀਵਾ ਜਗਾ ਦਿੱਤਾ ਮਹਾਰਾਜਾ ਨੇ। ਨਾਮ ਦਾ ਬੋਲਬਾਲਾ, ਭਾਈ ਪਖੰਡ ਛੱਡ ਦਿਓ, ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰੋ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਆ ਕਲਯੁਗ ਦੇ ਸਮੇਂ ਦੇ ਵਿੱਚ ਜਿੱਥੇ ਕਿਸੇ ਨੇ ਸਾਰਿਆਂ ਨੇ ਹੱਥ ਖੜੇ ਕਰ ਦਿੱਤੇ, ਉਸ ਵੇਲੇ ਪਰ ਭਾਵ ਕੇ ਪਕਾਰ ਕੀਤੀ ਅਕਾਲ ਪੁਰਖ ਵਾਹਿਗੁਰੂ ਆਪ ਆਇਆ। ਫਿਰ ਨਾਮ ਦਾ ਖਜ਼ਾਨਾ, ਗੁਰੂ ਮਹਾਰਾਜ ਨੇ ਜਿਹੜੀ ਬਾਣੀ ਹੈ ਜੀਵਾਂ ਦਾ ਤਾਂ ਉਧਾਰ ਕਰਨ ਲਈ ਕਰਨ ਹੈ ਬਾਣੀ ਨੇ। ਇਹ ਜਿਹੜੀ ਬਾਣੀ ਲੈ ਕੇ ਆਏ ਮਹਾਰਾਜ ਸੱਚਖੰਡ ਚੋਂ, ਉਹ ਤਾਂ ਪਸ਼ੂਆਂ ਨੂੰ ਉਤਾਰ ਦਿੰਦੀ ਹੈ, ਪੱਥਰਾਂ ਨੂੰ ਉਤਾਰ ਦਿੰਦੀ ਹੈ ਮਹਾਰਾਜ ਦੀ ਬਾਣੀ। ਏਡੀ ਵੱਡੀ ਤਾਕਤ ਹੈ ਮਾਲਕ ਹੈ ਜਿਹੜਾ, ਪਰਮੇਸ਼ਰ ਪਰਮਾਤਮਾ ਮਾਲਕ ਹੈ। ਇਹ ਲੋਕ ਕਹਿਣਗੇ ਪਸ਼ੂਆਂ ਦੇ ਵਿੱਚ ਲੈ, ਇਹ ਹੋ ਹੀ ਨਹੀਂ ਸਕਦਾ, ਕਿਉਂ ਨਹੀਂ ਹੋ ਸਕਦਾ, ਜਿਹਦੇ ਪਸ਼ੂ ਆਪਣੇ ਸਾਰੇ ਸਮਝਦੇ ਨੇ। ਆਪਾਂ ਬੁਲਾਈਏ ਉਹਨਾਂ ਨੂੰ, ਆਉਂਦੇ ਨੇ ਕੋਲ, ਆਉਂਦੇ ਨੇ, ਉਹਨਾਂ ਨੂੰ ਸੋਝੀ ਹੈ ਸਾਰੀ, ਇੱਕ ਬੋਲ ਨਹੀਂ ਸਕਦੇ ਉਹ। ਇਸ ਕਰਕੇ ਗੁਰੂ ਪਾਤਸ਼ਾਹ ਦੀ ਬਾਣੀ ਇੱਕ ਵਾਰ ਦਾ ਜ਼ਿਕਰ ਆਉਂਦਾ ਗੁਰੂ ਮਹਾਰਾਜ ਦੇ ਜੀਵਨ ਦੇ ਵਿੱਚ, ਕਹਿੰਦੇ ਬਾਲਾ ਤੇ ਮਰਦਾਨਾ ਗੁਰੂ ਪਾਤਸ਼ਾਹ ਸੰਘਣੇ ਜੰਗਲਾਂ ਦੇ ਵਿੱਚ ਜੀਵਾਂ ਦਾ ਭਲਾ ਕਰਦੇ ਗੁਰੂ ਪਾਤਸ਼ਾਹ ਤੁਰੇ ਫਿਰਦੇ ਨੇ। ਕਹਿੰਦੇ ਇੱਕ ਜੰਗਲ ਦੇ ਵਿੱਚ ਬੈਠੇ ਬਾਲੇ ਨੂੰ ਮਰਦਾਨੇ ਨੂੰ ਹੁਕਮ ਹੋਇਆ, ਕਹਿੰਦੇ ਮਰਦਾਨਾ ਰਬਾਬ ਸੁਰ ਕਰ। ਮਰਦਾਨੇ ਨੂੰ ਉੱਥੇ ਬੇਨਤੀ ਕੀਤੀ, ਕਹਿੰਦੇ ਹਜ਼ੂਰ ਮਹਾਰਾਜ ਇੱਥੇ, ਕਹਿੰਦੇ ਰਬਾਬ ਸੁਰ ਕਰਨ ਦਾ ਕੀ ਫਲ ਕੀ ਫਾਇਦਾ, ਇੱਥੇ ਕੋਈ ਸੁਣਨ ਵਾਲਾ ਸਰੋਤਾ ਤਾਂ ਹੈ ਨਹੀਂ, ਕੋਈ ਕੀ ਫਾਇਦਾ ਕੀਰਤਨ ਕਰਨ ਦਾ ਇੱਥੇ। ਉਸ ਵੇਲੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਭਾਈ ਜਿਹਨੂੰ ਆਪਾਂ ਨੇ ਕੀਰਤਨ ਸੁਣਾਉਣਾ, ਜਿਹਨੂੰ ਇਹ ਕੀਰਤਨ ਕਿਸੇ ਵਾਸਤੇ ਨਹੀਂ ਹੈਗਾ, ਇਹ ਜਿਵੇਂ ਲੱਗੇ ਵੀ ਇਕੱਠ ਹੋਊਗਾ ਫਿਰ ਕੀਰਤਨ ਕਰਾਂਗੇ, ਇਹ ਤਾਂ ਰੂਹ ਦੀ ਖੁਰਾਕ ਹੈ। ਇਹ ਤਾਂ ਰੂਹ ਦੀ ਖੁਰਾਕ ਹੈ। ਜਿਹੜੇ ਸਾਧੂ ਮਹਾਤਮਾ ਨੇ ਜੁੜੇ ਹੋਏ ਨੇ, ਭਾਵੇਂ ਇਕੱਠ ਹੋਵੇ ਨਾ ਹੋਵੇ, ਉਹਨੇ ਕੀ ਲੈਣਾ, ਜਿਹੜਾ ਕੋਈ ਆਜੂ ਗੱਫਾ ਲੈ ਜੂਗਾ, ਇਹ ਤਾਂ ਆਪਣੇ ਆਪਣੇ ਭਾਗ ਨੇ, ਇਹ ਕਿਸੇ ਵਾਸਤੇ ਨਹੀਂ। ਜੇ ਮੈਂ ਕਿਹਾ ਤੁਹਾਡੇ ਵਾਸਤੇ ਮੈਂ ਕਰ ਰਿਹਾ, ਨਹੀਂ ਮੈਂ ਤਾਂ ਆਪਣੇ ਵਾਸਤੇ ਕਰਦਾ ਵੀ ਮੇਰਾ ਜਿਹੜਾ ਸਮਾਂ ਇਹ ਗੁਰੂ ਚਰਨਾਂ ਵਿੱਚ ਲੱਗ ਜੇ, ਬਸ ਸਾਨੂੰ ਕਿਸੇ ਵਾਸਤੇ ਉਹਦਾ, ਜਿਹੜਾ ਕੋਈ ਇੱਥੇ ਬੈਠੂਗਾ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰ ਲਵਾਓ, ਲੱਗ ਜਾਣਗੀਆਂ, ਉਹਨੂੰ ਮਿਲ ਜੂ ਕਿਣਕਾਂ ਵਿੱਚੋਂ। ਹੁਣ ਉਸ ਵੇਲੇ ਕਿਤੇ ਮਰਦਾਨੇ ਨੇ ਕਿਹਾ, ਮਹਾਰਾਜ ਸੁਰ ਕਰਨ ਦਾ ਕੀ ਫਾਇਦਾ। ਪਾਤਸ਼ਾਹ ਕਹਿੰਦੇ ਭਾਈ ਜਿਹਨੂੰ ਸੁਣਾਉਣਾ ਹੈ ਉਹ ਸਾਰੇ ਕਿਤੇ ਕਣ ਕਣ ਵਿੱਚ ਮੌਜੂਦ ਆ ਪਰਮਾਤਮਾ, ਇਹ ਰੂਹ ਦੀ ਖੁਰਾਕ ਹੈ। ਕਹਿੰਦੇ ਜਿੱਥੇ ਮਰਜ਼ੀ ਕੋਈ ਤ੍ਰਿਪਤੀ ਕਰ ਸਕਦਾ। ਉਸ ਵੇਲੇ ਕਹਿੰਦੇ ਮਰਦਾਨੇ ਨੇ ਰਬਾਬ ਸ਼ੁਰੂ ਕੀਤਾ, ਰਬਾਬ ਛੇੜੀ, ਤੇ ਗੁਰੂ ਮਹਾਰਾਜ ਜੀ ਕਹਿੰਦੇ ਆਪਣੇ ਮੁਖ ਅਰਬਿੰਦ ਤੋਂ
ਬਾਣੀ ਦਾ ਸ਼ਬਦ ਗਾਇਣ ਕੇ ਕਰਨ ਲੱਗ ਪਏ ਮਹਾਰਾਜ। ਹੁਣ ਜਦੋਂ ਬਾਲਾ ਕਹਿੰਦੇ ਮਰਦਾਨਾ ਰਬਾਬ ਵਜਾਉਂਦੇ ਗੁਰੂ ਮਹਾਰਾਜ ਕੀਰਤਨ ਕਰਦੇ ਨਾ, ਕਹਿੰਦੇ ਹਵਾ ਵੀ ਖੜ ਜਾਂਦੀ ਸੀਗੀ, ਨਦੀਆਂ ਦੇ ਪਾਣੀ ਖੜ ਜਾਂਦੇ, ਜਿਹੜੇ ਪਸ਼ੂ ਪੰਛੀ ਸੀ ਕਹਿੰਦੇ ਉਹ ਵੀ ਮੰਨ ਕੇ ਸਰੋਤੇ ਬਣ ਕੇ ਬਹਿ ਜਾਂਦੇ ਸੀਗੇ। ਐਡੀ ਵੱਡੀ ਗੁਰੂ ਮਹਾਰਾਜ ਦੀ ਮਿੱਠੀ ਆਵਾਜ਼ ਸੀਗੀ, ਮੰਨੋ ਕਿ ਇੰਨਾ ਕਿ ਅਕਾਲ ਪੁਰਖ ਦਾ ਜਸ ਅਕਾਲ ਪੁਰਖ ਕਰ ਰਿਹਾ ਹੋਵੇ, ਆਪੇ ਆਪਣੀ ਮੜਈ ਕਰਦਾ ਹੋਵੇ, ਇਹ ਤਾਂ ਕੋਈ ਜੁੜਿਆ ਹੋਇਆ ਹੋਵੇ, ਉਹ ਕਿਤੇ ਕਰਦਾ ਹੋਵੇ ਕੀਰਤਨ ਕੋਈ ਰੱਬ ਦਾ ਪਿਆਰਾ, ਉਹਦੀ ਬਾਣੀ ਸੁਣ ਕੇ ਦੇਖ ਲਿਓ ਜਿਹੜੇ ਅੰਦਰ ਭੇਜੇ ਹੋਏ ਨੇ, ਦੇਖ ਲਿਓ ਉਹਨਾਂ ਦਾ ਕਿਤੇ। ਇਸ ਕਰਕੇ ਜਿਹਦੇ ਕਹਿੰਦੇ ਰਬਾਬ ਜੀ ਉਸ ਵੇਲੇ ਪਸ਼ੂ ਪਛੀ ਵੀ ਸਰੋਤੇ ਬਾਣ ਬੈਂਦੇ, ਬਾਬਾ ਤੇਰੀ ਬਾਣੀ ਸੁਣ ਕੇ ਪਸ਼ੂ ਵੀ ਸਰੋਤੇ ਬਾਣ ਬੈਂਦੇ, ਬਾਬਾ ਤੇਰੀ ਬਾਣੀ ਸੁਣ ਕੇ ਬਾਣੀ ਸੁਣ ਕੇ।
ਕਹਿੰਦੇ ਉਸ ਵੇਲੇ ਗੁਰੂ ਪਾਤਸ਼ਾਹ ਜੀ ਆਪਣੇ ਮੁੱਖ ਆਰਬਿੰਦ ਤੋਂ ਪਵਿੱਤਰ ਬਾਣੀ ਦਾ ਹਰ ਜਸ ਕੀਰਤਨ ਕਰਦੇ ਆ। ਕਹਿੰਦੇ ਜਿੱਥੇ ਗੁਰੂ ਪਾਤਸ਼ਾਹ ਬੈਠੇ ਥੋੜ੍ਹੀ ਵਿੱਥ 'ਤੇ ਕਹਿੰਦੇ ਇੱਕ ਮੁਰਦੇ ਦੀ ਲਾਸ਼ ਪਈ, ਜਿਹਦਾ ਕੋਈ ਵਾਰਸ ਸੀ, ਲਾ ਵਾਰਸ ਸੀਗੀ, ਰੁੜਦੀ ਪਈ ਸੀ ਉੱਥੇ। ਕਹਿੰਦੇ ਇੱਕ ਵਿਘਾੜ ਨਿਕਲਿਆ ਜਿਹੜਾ ਕਈ ਦਿਨਾਂ ਦਾ ਭੁੱਖਾ, ਉਹਦੀ ਸਰੀਰ ਤੋਂ ਦੇਖਣ ਤਾਂ ਲੱਗਦਾ ਸੀ ਵੀ ਹਾਂ ਇਹ ਕਈ ਦਿਨ ਦਾ ਭੁੱਖਾ ਹੈ। ਕਹਿੰਦੇ ਹੌਲੀ ਹੌਲੀ ਤੁਰੇ ਆਉਂਦਾ, ਲੱਕਾ ਚੜ੍ਹੇ ਆ ਉਹਦਾ, ਜਿਹੜੀਆਂ ਪਛੜੀਆਂ ਨੇ ਉਹ ਦੀਂਦੀਆਂ ਨੇ ਆਪਣੇ। ਕਹਿੰਦੇ ਤ੍ਰਿਪਤੀ ਆਪਣੀ ਭੁੱਖ ਮਿਟਾਉਣ ਦਾ ਮੰਨੋ ਕਿ ਆਪਣੇ ਸ਼ਿਕਾਰ ਦੇ ਤਲਾਸ਼ ਨਿਕਲਿਆ, ਤੁਰਿਆ ਆਉਂਦਾ। ਕਿ ਜਦੋਂ ਉਹਦੇ ਕੰਨਾਂ ਦੇ ਵਿੱਚ ਨਾ ਗੁਰੂ ਬਾਬਾ ਦੀ ਰਸਨਾ ਤੋਂ ਪਵਿੱਤਰ ਬਾਣੀ ਦਾ ਕਹਿੰਦੇ ਆਵਾਜ਼ ਪਈ, ਕਹਿੰਦੇ ਵਹਿ ਗਿਆ। ਬਾਣੀ ਸੁਣਦਿਆਂ ਸੁਣਦਿਆਂ ਕਹਿੰਦੇ ਉਹਦੀ ਸੁਰਤੀ ਜੁੜ ਗਈ, ਮੰਨੋ ਉਹਦੀ ਜਿਹੜੀ ਖਾਣ ਭੁੱਖ ਸੀਗਾ ਚੇਤੇ ਵਿਸਰ ਗਿਆ ਉਹਨੂੰ। ਬਾਣੀ ਸੁਣਦਿਆਂ ਕਹਿੰਦੇ ਸ਼ਬਦ ਸੁਣਦਿਆਂ ਉਹਨੂੰ ਮਾਨੋ ਕਿ ਕਹਿੰਦੇ ਵੇਕ ਬੁੱਧੀ ਪਵਿੱਤਰਤਾ ਪ੍ਰਾਪਤ ਹੋ ਗਈ, ਚੰਗੇ ਮੰਦੇ ਦਾ ਪਤਾ ਲੱਗਣ ਲੱਗ ਪਿਆ ਉਹਨੂੰ ਉੱਥੇ ਬੈਠਾ। ਕਿਰਪਾ ਹੋਈ ਕਹਿੰਦੇ ਉਸ ਵੇਲੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਮਹਾਰਾਜ ਜੀ ਤਾਂ ਨਿਰਵਿਕਪਲ ਸਮਾਧੀ ਦੇ ਵਿੱਚ ਲੀਨ ਹੋ ਗਏ, ਬੈਠੇ ਨੇ ਆਪਣੀ ਮੌਜ ਵਿੱਚ ਸਮਾਧੀ ਦੇ ਵਿੱਚ ਲੀਨ ਹੋ ਗਏ। ਮਰਦਾਨ ਨੇ ਨਿਰਭਾਵ ਸਮਾਪਤੀ ਕੀਤੀ, ਧਰੀ ਅੱਖਾਂ ਖੋਲੀਆਂ, ਕੀ ਦੇਖਦਾ ਮੂਹਰੇ ਵਿਘਾੜ ਬੈਠਾ, ਬੜਾ ਭੈਭੀਤ ਹੋਇਆ, ਬੜਾ ਭੈਭੀਤ ਹੋਇਆ ਉਹ ਵੀ ਅੱਜ ਨਹੀਂ ਛੱਡਦਾ ਇਹ। ਜਦੋਂ ਕਹਿੰਦੇ ਉੱਠ ਕੇ ਪਰਾਂ ਨੂੰ ਤੁਰੇ ਆ, ਫਿਰ ਥੋੜ੍ਹੀ ਦੂਰ ਗਿਆ ਕਹਿੰਦੇ ਉੱਥੇ ਜਿਹੜਾ ਮੁਰਦਾ ਸੀ ਉਹਦੇ ਕੋਲ ਪਹੁੰਚਿਆ, ਉਹ ਜਾ ਕੇ ਬੈਠਿਆ ਦੇਖਿਆ, ਉਹਨੇ ਉਹਦਾ ਸਾਰਾ ਸਰੀਰ ਸੁੰਘਿਆ ਸੀਗਾ, ਉਹਦੇ ਪੈਰ ਵੀ ਸੁੰਘੇ, ਸੱਤ ਵੀ ਸੁੰਘੀ ਉਹਦੀ, ਉਹਦਾ ਮੂੰਹ ਆਦਿਕ, ਉਹਦਾ ਸਿਰ ਹੱਥ, ਮੰਨੋ ਕਿ ਕਹਿੰਦੇ ਪਰਾਂ ਹੋ ਕੇ ਬਹਿ ਗਿਆ, ਖਾਧਾ ਨਹੀਂ ਉਹਨੇ। ਇਹ ਸਾਰੀ ਵਾਰਤਾ ਮਰਦਾਨ ਅੱਖੀ ਦੇਖ ਰਹੇ ਆ, ਅੱਖੀ ਦੇਖ ਰਿਹਾ ਮਰਦਾਨਾ। ਜਦੋਂ ਗੁਰੂ ਪਾਤਸ਼ਾਹ ਜੀ ਸਮਾਧੀ ਤੋਂ ਉਥਾਨ ਹੋਏ, ਉਸ ਵੇਲੇ ਮਰਦਾਨ ਨੇ ਸਾਰੀ ਇਹ ਲਾ ਵਾਰਤਾ ਗੁਰੂ ਪਾਤਸ਼ਾਹ ਅੱਗੇ, ਪਾਤਸ਼ਾਹ ਜੀ ਇੱਦਾਂ ਉਹ ਸਾਹਮਣੇ ਮੁਰਦਾ ਪਿਆ, ਉਹ ਤਾਮਸੀ ਮਾਸੀ ਮਾਸਹਾਰਾ ਭਾਵ ਕਿ ਜਾਨਵਰ ਹੈ, ਉਹ ਖਾਣ ਆਇਆ ਸੀ, ਉਹਨੇ ਮਨ ਸਾਰਾ ਕੁਛ ਸੁੰਘਿਆ, ਇਹਦਾ ਗੇੜਾ ਕੱਢਿਆ, ਖਾਧਾ ਹੀ ਨਹੀਂਗਾ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਇਹਦੇ ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਸੀ ਨਾ ਸੁਣਨ ਦੇ ਨਾਲ ਇਹਨੂੰ ਚੰਗੇ ਮੰਦੇ ਦੀ ਕਹਿੰਦੇ ਸਭ ਸੋਝੀ ਹੋ ਗਈ। ਇਹਨੇ ਆਪਣੀ ਤ੍ਰਿਪਤੀ ਵਾਸਤੇ ਮਸਤਾ ਖਾਣਾ ਹੀ ਸੀਗਾ, ਪਰ ਚੰਗੇ ਮੰਦੇ ਦੀ ਪੱਥ ਕਰਕੇ ਇਹ ਸੁੰਘਿਆ, ਇਹ ਸੁੰਘਿਆ ਵੀ ਜਿਹੜਾ ਇਹ ਬੰਦਾ ਨਾ ਇਹ ਬਿਲਕੁਲ ਪਰਮੇਸ਼ਰ ਤੋਂ ਬੇਮੁੱਖ ਸੀਗਾ, ਬੇਮੁੱਖ ਇਹਦੇ ਹੱਥ ਪੈਰ ਸੁੰਘੇ ਵੀ ਹੱਥਾਂ ਨਾਲ ਕਦੇ ਇਹਨੇ ਗੁਰੂ ਦੀ ਸੇਵਾ ਕੀਤੀ, ਉਹ ਪੈਰਾਂ ਨਾਲ ਚੱਲੇ ਸੰਗਤ ਵਿੱਚ ਜਾਂ ਤੀਰਥ ਯਾਤਰਾ ਕਿਤੇ ਗਿਆ ਹੋਊਗਾ, ਮੂੰਹ ਦੇ ਨਾਲ ਕਦੇ ਪਰਮੇਸ਼ਰ ਦਾ ਨਾਮ ਜਪਿਆ ਹੋਊ, ਆ ਸਿਰ ਗੁਰੂ ਚਰਨਾਂ 'ਤੇ ਧਰਿਆ ਹੋਊ, ਕਰੇ ਕਦੇ ਹਿਰਦੇ ਵਿੱਚ ਕਦੇ ਪਰਮੇਸ਼ਰ ਦੀ ਯਾਦ
ਮੰਨੋ ਕਿ ਇਹ ਬੰਦੇ ਨੇ ਕਦੇ ਵੀ ਆਪਣੇ ਹੱਥਾਂ ਕਦੇ ਜੀਵਨ ਦੇ ਵਿੱਚ ਐਸਾ ਕਰਮ ਨਹੀਂ ਕੀਤਾ, ਮਾੜੇ ਕਰਮ ਕਰਦਾ ਰਿਹਾ, ਇਸ ਕਰਕੇ ਇਹਨੇ ਇਹ ਮਾਸ ਖਾਣ ਦੇ ਨਾਲੋਂ ਕਹਿੰਦੇ ਮਰਨਾ ਮੌਤ ਨੂੰ ਭਾਵ ਕੇ ਸਵੀਕਾਰ ਕਰ ਲਿਆ, ਪਰ ਖਾਣਾ ਨਹੀਂ ਗਾ। ਮੈਂ ਤਾਂ ਪਹਿਲੀ ਅਧੋਗਤੀ ਨੂੰ ਤੁਰਿਆ ਫਿਰਦਾ। ਇਸ ਕਰਕੇ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਕਹਿੰਦੇ ਉਸ ਵੇਲੇ ਜਿਹੜਾ ਬਘਿਆੜ ਸੀਗਾ ਉਹਦਾ ਉਧਾਰ ਕੀਤਾ ਮਹਾਰਾਜ ਨੇ। ਗੁਰੂ ਮਹਾਰਾਜ ਬਾਣੀ ਵਿੱਚ ਫਰਮਾਨ ਕਰਦੇ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ, ਗਾਵ ਤੇ ਉਧਰੇ ਸੁਣ ਤੇ ਉਧਰੇ ਬਿਨਸੇ ਪਾਪ ਘਨੇਰੇ, ਪਸ਼ੂ ਪ੍ਰੇਤ ਮੁਗਤ ਕੋ ਤਾਰੇ ਵਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ। ਇਹ ਜਿਹੜੀ ਬਾਣੀ ਜਿਹੜਾ ਕੋਈ ਗਾਉਂਦਾ ਉਹਦੇ ਵੀ ਪਾਪਾਂ ਦਾ, ਜਿਹੜਾ ਕੋਈ ਸੁਣਦਾ ਉਹ ਵੀ ਤਰਦਾ, ਅਤੇ ਉਹਨਾਂ ਦੇ ਕਹਿੰਦੇ ਜਨਮ ਜਨਮ ਮੰਤਰਾਂ ਦੇ ਪਾਪਾਂ ਦਾ ਨਾਸ ਹੁੰਦਾ। ਬਾਣੀ ਪਸ਼ੂ ਪ੍ਰੇਤ ਮੁਗਧ ਪੱਥਰ ਆਦਿਕਾਂ ਦਾ ਵੀ, ਰਾਮ ਚੰਦਰ ਜੀਆਂ ਦਾ ਜੀਵਨ ਸੁਣਦੇ ਹਾਂ ਆਪਾਂ, ਜੇ ਪੁਲ ਬੰਨਿਆ ਸੀ ਰਾਮ ਲਿਖ ਦਿੰਦੇ ਸੀ ਪੱਥਰ 'ਤੇ, ਉਹ ਤਰਦੇ ਸੀਗੇ। ਹੋਰ ਵੀ ਐਸੇ ਦ੍ਰਿਸ਼ਟਾਂਤ ਬਹੁਤ ਆਉਂਦੇ ਨੇ ਵੀ ਜੇ ਆਪਾਂ ਕਹੀਏ, ਆਪਾਂ ਸ਼ੰਕਾ ਕਰੀਏ, ਸ਼ੰਕਾ ਤਾਂ ਗੁਰੂ ਪਾਤਸ਼ਾਹ ਜਿਹੜੇ ਪਰਮਾਤਮਾ ਹੈ ਉਹ ਸ਼ੰਕਤ ਕਰਨ ਦੀ ਆਪਣੀ ਕੋਈ ਗੁੰਜਾਇਸ਼ ਹੀ ਨਹੀਂ ਗੀ। ਮਾਲਕ ਹੈ, ਕੁਛ ਮਰਜ਼ੀ ਕਰ ਸਕਦਾ ਉਹ, ਜੋ ਸਾਰੀ ਉਹਦੀਆਂ ਨੇ। ਜੇ ਪੰਜਵੇਂ ਪਾਤਸ਼ਾਹ ਦੇ ਭਾਵ ਕੇ ਚਰਨ 'ਚ ਕੁੱਤੀ ਰਹਿੰਦੇ, ਨਾਮ ਚੰਪੀ ਸੀਗਾ, ਜਦੋਂ ਕਹਿੰਦੇ ਖੜਾਵਾ ਨਾ ਜਹਿਰ ਪਿਲਾਉਂਦਾ ਸੀਗਾ ਛੇਵੇਂ ਪਾਤਸ਼ਾਹ ਨੂੰ, ਝੰਗਾੜ ਮਾਰੀ ਸੀ ਮਹਾਰਾਜ ਸ਼ੱਕੀ ਨਹੀਂ ਸੀ, ਸਾਰੀ ਭਾਵ ਕੇ ਗੱਲ ਹੋਈ, ਕਹਿੰਦੇ ਮਹਾਰਾਜ ਕਹਿੰਦੇ ਖਾਧਾ ਕਿਉਂ ਨਹੀਂ ਇਹਨੇ, ਕਾਰਨ ਕੀ? ਉਹ ਜਿਹੜੀ ਚੰਪੀ ਸੀਗੀ ਮਹਾਰਾਜ ਕਹਿੰਦੇ ਪਤਾ ਤਾਂ ਹੈ ਪਰ ਇਹਦਾ ਜਿਹੜਾ ਕਹਿੰਦੇ ਪਾਪ ਪ੍ਰਗਟ ਨਹੀਂ ਹੋਣਾ। ਉਹ ਚੰਪੀ ਨੂੰ ਕਿਹਾ, ਕਹਿੰਦੇ ਚੰਪੀ ਤੂੰ ਖਾ ਲੈ ਤੇਰਾ ਭਲਾ ਹੋ ਜਾਊਗਾ। ਕਹਿੰਦੇ ਉਹਦੇ ਅੱਖਾਂ 'ਚ ਅੱਥਰੂ ਆਏ ਸੀਗੇ, ਮਹਾਰਾਜ ਨੂੰ ਦੇਖਿਆ ਉਹਨੇ ਜਦੋਂ ਕੁੱਤੇ ਨੂੰ ਪਾ ਦਿੱਤਾ ਨਾ, ਕਹਿੰਦੇ ਚੱਕਿਆ ਉਹਨੇ ਖਾਧਾ ਦਹੀਂ, ਉੱਥੇ ਉਹ ਮਰ ਗਈ ਸੀਗੀ, ਪ੍ਰਾਣ ਤਿਆਗ ਕੇ ਆਪਣੇ। ਜਿਹੜਾ ਉਹਦਾ ਪਾਪ ਸੀ ਬ੍ਰਾਹਮਣ ਦਾ ਉਹ ਪ੍ਰਗਟ ਹੋ ਗਿਆ ਸੀਗਾ। ਇਸ ਕਰਕੇ ਗੁਰੂ ਮਹਾਰਾਜ ਇਹ ਬਾਣੀ ਵਿੱਚ ਫੈਸਲੇ ਨੇ ਗੁਰੂ ਪਾਤਸ਼ਾਹ ਜੀ ਨੇ। ਫਿਰ ਕਹਿੰਦੇ ਉੱਥੇ ਜਿਹੜਾ ਬਘਾੜ ਸੀਗਾ ਉਹਦਾ ਵੀ ਗੁਰੂ ਪਾਤਸ਼ਾਹ ਨੇ ਪਾਰ ਉਤਾਰਾ ਕੀਤਾ। ਇੱਥੇ ਗੁਰੂ ਪਾਤਸ਼ਾਹ ਪ੍ਰਮਾਣ ਕਰਦੇ ਹੈ, ਪਸ਼ੂ ਤਰਗੇ ਪਰੇਤ ਤਰ ਜਾਣਗੇ, ਬਾਬਾ ਤੇਰੀ ਬਾਣੀ ਸੁਣ ਕੇ ਤਰ ਗੇ ਪਰੇਤ ਤਰ ਜਾਣ, ਬਾਬਾ ਤੇਰੀ ਬਾਣੀ ਸੁਣ ਕੇ ਸਾਰੇ
ਕਰਕੇ ਜਿਹੜੀ ਗੁਰਬਾਣੀ ਆ ਨਾ ਵੱਡੀ ਤਾਕਤ ਇਹਦੇ ਵਿੱਚ ਜੇ ਆਪਾਂ ਸੁਣਦੇ ਹਾਂ ਸੁਣਿਆ ਹਾਥ ਹੋਵੇ ਅਸਗਾਹੋ ਜੇ ਕੋਈ ਸ਼ੰਕਾ ਕਰੇ ਜਿਹੜਾ ਅਟਕਦ ਰਿਹਾ ਹੈ ਉੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਰਦਾਸ ਕੀਤੀ ਸੀਗੀ ਭਰਿਆ ਚੱਲ ਰਿਹਾ ਸੀ ਫੌਜਾਂ ਨੇ ਪਾਰ ਹੋਣਾ ਸੀਗਾ ਜਦੋਂ ਅਰਦਾਸ ਹੋ ਗਈ ਉਹ ਪਾਣੀ ਅਟਕ ਗਿਆ ਸੀਗਾ ਦਰਿਆ ਦਾ ਗੋਡੇ ਗੋਡੇ ਰਹਿ ਗਿਆ ਸੀਗਾ ਜਦੋਂ ਪਾਣੀ ਫੁਰ ਸਕਦਾ ਪਾਣੀ ਖੜ ਸਕਦਾ ਵੀ ਕਿਉਂ ਨਹੀਂ ਹੋ ਸਕਦਾ ਬਾਈ ਜਦੋਂ ਬੰਦੇ ਦੇ ਚੜ੍ਹਦੇ ਲੱਗਦੀ ਹੈ ਨਾ ਫਿਰ ਕਹਿੰਦਾ ਰੱਬ ਨੇ ਕੀਤਾ ਸੀ ਇਹ ਅਸੀਂ ਗਏ ਗ੍ਰਾਹੀ ਕਰਨ ਇੱਕ ਬੰਦੇ ਨੂੰ ਚੱਕ ਕੇ ਕਾਰ ਨਹੀਂ ਮਾਰਿਆ ਕਹਿੰਦਾ ਮੇਰਾ ਮਾਸਟਰ ਮੇਰਾ ਮੋਟਰਸਾਈਕਲ ਕਹਿੰਦਾ ਚੂਰ ਚੂਰ ਹੋ ਗਿਆ ਕਹਿੰਦਾ ਮੇਰਾ ਮੋਟਰਸਾਈਕਲ ਚੂਰ ਚੂਰ ਹੋ ਗਿਆ ਪਰ ਮੇਰੇ ਕਹਿੰਦਾ ਘਲੀਟ ਵੀ ਲੱਗੀ ਕਹਿੰਦਾ ਇਰਖਿਆ ਰੱਬ ਨੇ ਰੱਖਿਆ ਫਿਰ ਕਹਿੰਦਾ ਨਾ ਇਹ ਰੱਬ ਨੇ ਕੀਤਾ ਹੈ ਇਹ ਰੱਬ ਨੇ ਕੀਤਾ ਹੈ ਪਹਿਲਾਂ ਨਹੀਂ ਕਹਿੰਦਾ ਪਹਿਲਾਂ ਟਿੱਚਰ ਨਹੀਂ ਕਰਦਾ ਲੈ ਐਂ ਕਿਵੇਂ ਹੋ ਜੂਗਾ ਸਾਡੇ ਬਾਰੇ ਜਿਹੜੇ ਭਾਵਕ ਕਥਾ ਵਾਚਕ ਨੇ ਬਹੁਤ ਐਸੇ ਨੇ ਵੀ ਲੈ ਬੰਦੇ ਤਰੇ ਨੇ ਪਸ਼ੂ ਤਰ ਜਾਣਗੇ ਜਦੋਂ ਪਿਛਵਾ ਬੰਦੇ ਨੇ ਵਿਸ਼ਵਾਸ ਹੀ ਨੀਗਾ ਦੱਸਿਆ ਹੀ ਨੀਗਾ ਆਪਣੇ ਵਰਗਿਆਂ ਨੂੰ ਯਕੀਨ ਨਹੀਂ ਆ ਉਹ ਜਿਵੇਂ ਕਹਿੰਦੇ ਉਹ ਗੁਜਰੀ ਸੀਗੀ ਉਹ ਰੋਜ਼ ਹੀ ਪਾਰ ਹੁੰਦੀ ਕਥਾ ਸੁਣਦੀ ਸੀ ਕਹਿੰਦੇ ਵੀ ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹ ਭਵ ਸਾਗਰ ਤੋਂ ਪਾਰ ਕਰ ਜਾਂਦਾ ਪੰਡਿਤ ਤੋਂ ਸੁਣਿਆ ਸੀ ਉਹਨੇ ਵਿਸ਼ਵਾਸ ਕੀਤਾ ਅਰਦਾਸ ਕੀਤੀ ਰੋਜ਼ ਲੰਘਣ ਲੱਗ ਗਈ ਸੀਗੀ ਉਹ ਰੋਜ਼ ਲੰਘਣ ਲੱਗ ਪਈ
ਉਹਨੇ ਸੋਚਿਆ ਕਹਿੰਦੇ ਕਦੇ ਪੰਡਿਤ ਨੇ ਬੜੀ ਕਿਰਪਾ ਕੀਤੀ, ਮੈਨੂੰ ਕਿੰਨਾ ਗੇਟ ਪਾਉਣਾ ਪੈਂਦਾ, ਮੇਰਾ ਕਿੰਨਾ ਟਾਈਮ ਮੇਰਾ ਖਰਾਬ ਹੁੰਦਾ ਸੀ, ਮੈਂ ਹੁਣ ਰੋਜ਼ ਹੀ ਐਂ ਲੰਘ ਜਾਂਦੀ ਹਾਂ, ਵੀ ਚਲੋ ਇਹ ਧੰਨਵਾਦ ਕਰਨਾ ਚਾਹੀਦਾ। ਉਹਨੇ ਪੰਡਿਤ ਨੂੰ ਬੇਨਤੀ ਕੀਤੀ ਵੀ ਪੰਡਿਤ ਜੀ ਕਿਰਪਾ ਕਰੋ ਮੇਰੇ ਘਰ ਕੇ ਲੰਗਰ ਛਕਣਾ। ਚਲੋ ਕਹਿੰਦੇ ਪੰਡਿਤ ਨੇ ਹਾਂ ਕਰ ਦਿੱਤੀ। ਜਦੋਂ ਦਿਨ ਆਇਆ ਉਹ ਗੁਜਰੀ ਦੇ ਨਾਲ, ਪਿੱਛੇ ਮੂਹਰੇ ਗੁਜਰੀ ਹੈ, ਪਿੱਛੇ ਉਹ ਪਿਓ ਹੈ। ਜਦੋਂ ਕਹਿੰਦੇ ਉਹ ਨਹਿਰ ਆਈ ਨਾ, ਦਰਿਆ ਆਇਆ, ਗੁਜਰੀ ਤਾਂ ਬੜਕੀ ਵਿੱਚ ਦੀ ਲੰਘ ਗਈ, ਉਹ ਗੜਾ ਉੱਥੇ ਰਹਿ ਗਿਆ। ਉਹ ਕਹਿੰਦੀ ਬਾਬਾ ਜੀ ਪੰਡਿਤ ਜੀ ਆ ਜਾਓ, ਕਹਿੰਦੇ ਮੈਨੂੰ ਉੱਤੇ ਮਾਰਨਾ। ਉਹ ਫਿਰ ਕਹਿੰਦੀ ਪੜ੍ਹਦਾ ਪੜ੍ਹਦਾ ਪੜ ਗਿਆ ਚਾਰੇ ਵੇਦ। ਕਹਿੰਦੇ ਮਨ ਵਿੱਚ ਖਰਨਾ ਵਸਿਆ ਰਿਹਾ ਢੇਡ ਦਾ ਢੇਡ, ਵੀ ਇੰਨਾ ਕੁਛ ਪੜ੍ਹਦਾ ਪੁੜਦਾ ਰਹਿ ਗਿਆ ਤੇ ਭਰੋਸਾ ਤਾਂ ਕੀਤੇ ਨੀ। ਤੈਂ ਯਕੀਨ ਦੀ ਗੱਲ ਹੈ, ਪਰਮੇਹ ਭਾਵ ਕੇ ਭਾਵਨਾ ਦੀ ਗੱਲ, ਜਿਹੜੇ ਭਾਵਨਾ ਕਰਦੇ ਨੇ ਸਭ ਕੁਛ ਹੈ ਗੁਰੂ ਕੋਲੇ। ਗੁਰੂ ਮਹਾਰਾਜ ਪਰਮੇਸ਼ਰ ਦਾ ਰੂਪ ਨੇ, ਜੋ ਕੁਛ ਕਰਨਾ ਕਰ ਸਕਦੇ ਨੇ। ਇਸ ਕਰਕੇ ਜਿਹਨਾਂ ਨੇ ਗੁਰੂ ਮਹਾਰਾਜ ਦੀ ਬਾਣੀ, ਇੰਨੀ ਸਭ ਤੋਂ ਵੱਡੀ ਦੇਣ ਆਪਾਂ ਨੂੰ ਗੁਰੂ ਨਾਨਕ ਦੀ ਕੀ ਹੈ, ਜਿਹੜਾ ਆਪਾਂ ਨੂੰ ਬਾਣੀ ਦਾ ਭੰਡਾਰ ਬਖਸ਼ਿਸ਼ ਕੀਤਾ ਮਹਾਰਾਜ ਨੇ, ਸਭ ਤੋਂ ਵੱਡੀ ਦੇਣ ਹੈ। ਜਿਹੜਾ ਇਹਦੇ ਨਾਲ ਜੁੜਦਾ ਹੈ, ਇਹਨੂੰ ਮੰਨਦਾ, ਪੜ੍ਹਦਾ, ਸੁਣਦਾ, ਉਹ ਗੁਰੂ ਦਾ ਪਿਆਰਾ ਸਿੱਖ ਉਹਦੇ ਵੇੜੇ ਪਾਰ ਹੁੰਦੇ ਹੈ, ਉਹਦੀ ਗੁਰੂ ਨਾਨਕ ਮਾਂ ਫੜਦਾ। ਇਸ ਕਰਕੇ ਅੰਮ੍ਰਿਤ ਭਾਵ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਦੇ ਵਿੱਚ ਜਿੰਨੀ ਵੀ ਬਾਣੀ ਪੜ੍ਹੀ ਜਾਵੇ ਓਨਾ ਸਿਮਰਨ ਕਰੋ, ਪ੍ਰੇਮ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਵੀ ਜਿਹੜੀ ਇਹ ਬਾਣੀ ਹੈ ਇਹ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ, ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ। ਜੇ ਮੰਨਾਂਗੇ ਤਦ ਆਪਣਾ ਭਲਾ ਹੋਣਾ। ਅਵਕ ਧਾਰਨਾ ਪੜ੍ਹੀਏ, ਫਿਰ ਆਪਾਂ ਸਮਾਪਤੀ 'ਤੇ ਪਹੁੰਚਾਂਗੇ। ਸਭ ਸੰਗਤਾਂ ਨੂੰ ਹੋਣ ਵਧਾਈਆਂ, ਗੁਰੂ ਜੀ ਸੋਡੇ ਆਉਣ ਦੀਆਂ। Oh,
ਇਸ ਕਰਕੇ ਕਿਰਪਾ ਕਰੇ ਗੁਰੂ ਮਹਾਰਾਜ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰੇ ਅਤੇ ਗੁਰੂ ਮਹਾਰਾਜ ਦੇ ਅਵਤਾਰ ਦਿਹਾੜੇ ਦੀਆਂ ਸਭ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਪਾਤਸ਼ਾਹ ਕਿਰਪਾ ਕਰੇ, ਸਭ ਨੂੰ ਆਪਣੇ ਦਰੋਂ ਕਰੋ, ਨਾਮ ਦਾਨ ਸਿੱਖੀ ਭਰੋਸਾ ਸਿੱਧਕ ਬਖਸ਼ਿਸ਼ ਕਰਨ ਅਤੇ ਸਭ ਨੂੰ ਆਪਣੇ ਨਾਮ ਦਾ ਦਾਨ ਬਖਸ਼ਿਸ਼ ਕਰਨ। ਆਹ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਇੰਨੀਆਂ ਸਿੱਖ ਸੰਗਤਾਂ ਗੁਰੂ ਚਰਨ ਪਹੁੰਚਿਓ, ਪਹਿਲਾਂ ਗੁਰੂ ਕੀ ਦੇਗ ਫਿਰ ਗੁਰੂ ਕੇ ਲੰਗਰ ਤਿਆਰ ਨੇ, ਸਭ ਨੇ ਸਕਣ ਦੀ ਕਿਰਪਾਲਤਾ ਕਰਨੀ ਜੀ ਰਲ ਮਿਲ ਕੇ। ਹੁਣ ਭੋਗ ਦਾ ਸਲੋਕ ਫਿਰ ਗੁਰੂ ਚਰਨਾਂ ਵਿੱਚ ਛੋਟੀ ਅਰਦਾਸ ਕਰਾਂਗੇ, ਕਿਉਂਕਿ ਜਿਹੜੀ ਸਿੱਖ ਸੰਗਤਾਂ ਦੇ ਵੱਲੋਂ ਗਰਾਹੀ ਆਈ ਹੈ ਉਹਦਾ ਥੋੜ੍ਹਾ ਚੇਤਾ ਭੁੱਲ ਗਿਆ ਸੀਗਾ, ਉਹਨਾਂ ਦੇ ਬਾਰੇ ਗੁਰੂ ਚਰਨਾਂ ਦੇ ਵਿੱਚ ਛੋਟੀ ਅਰਦਾਸ ਕਰਾਂਗੇ, ਫਿਰ ਗੁਰੂ ਕੀ ਦੇਗ ਪ੍ਰਾਪਤ ਕਰਨੀ, ਗੁਰੂ ਕੇ ਲੰਗਰ ਛਕਣ ਦੀ ਤਿਆਰ ਭਾਵ ਕੇ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਜੀ। ਥੋੜ੍ਹੀ ਦੱਸ ਕਰਦਾ ਰਾਮ ਨੇ ਵਾਹੀ ਬਣਾਉਣਾ।